ਸ਼ਹਿਰ ਵਾਸੀਓ, ਸਰਕਾਰੀ ਹਸਪਤਾਲ 'ਚ ਸਮਾਨ ਦੀ ਘਾਟ ਨੂੰ ਦੇਖਦੇ ਹੋਏ ਮੇਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਕੀਤੀ ਗਈ ਸੀ ਕਿ ਉੱਥੇ ਸਮਾਨ ਜਿਹੜਾ ਮੁਹੱਈਆ ਕਰਾਵੇ। ਮੈਂ ਧੰਨਵਾਦ ਕਰਦਾ ਕਿ ਬਹੁਤ ਸਾਰੇ ਲੋਕ ਅੱਗੇ ਆਏ ਜਿਨ੍ਹਾਂ ਨੇ ਹਾਮੀ ਭਰੀ ਕਿ ਦੱਸਿਆ ਜਾਵੇ ਉੱਥੇ ਕੀ ਚਾਹੀਦਾ, ਥੋੜ੍ਹਾ ਸਮਾਨ ਵੰਡਿਆ ਗਿਆ। ਜਦੋਂ ਮੇਰੇ ਵੱਲੋਂ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਤਾਂ ਸਰਕਾਰ ਨੇ ਤੁਰੰਤ ਐਕਸ਼ਨ ਲਿਆ। ਕੱਲ੍ਹ ਉੱਥੇ ਹੈਲਥ ਸੈਕਟਰੀ ਹਸਪਤਾਲ ਦੇ ਵਿੱਚ ਪਹੁੰਚੇ ਔਰ ਜਿਹੜਾ ਉੱਥੇ ਨਰਸਿਸ ਨੂੰ ਔਰ ਡਾਕਟਰਾਂ ਨੂੰ ਸਮਾਨ ਚਾਹੀਦਾ ਸੀਗਾ ਉਹ ਮੁਹੱਈਆ ਕਰਾਇਆ ਗਿਆ। ਇਹਦੀ ਪੁਸ਼ਟੀ ਮੇਰੇ ਵੱਲੋਂ ਉਹਨਾਂ ਕੋਲੋਂ ਕੀਤੀ ਗਈ। ਇਹਦੇ ਲਈ ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਉਹਨਾਂ ਨੇ ਇੱਧਰ ਧਿਆਨ ਦਿੱਤਾ ਅਤੇ ਜਿਨ੍ਹਾਂ ਲੋਕਾਂ ਨੇ ਸਮਾਨ ਦਿੱਤਾ ਸੀ ਜਿਹੜਾ ਵੰਡਿਆ ਗਿਆ ਉਸ ਤੋਂ ਬਾਅਦ ਜਿਹੜਾ ਵਾਧਾ ਸੀਗਾ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਪਰ ਦੁੱਖ ਇਸ ਗੱਲ ਦਾ ਕਿ ਜਦੋਂ ਉੱਥੇ ਮੰਤਰੀ ਸਾਹਿਬ ਸੈਕਟਰੀ ਦੇ ਨਾਲ ਗਏ, ਸਟਾਫ ਨੇ ਆਪਣਾ ਰੋਣਾ ਰੋਇਆ ਕਿ ਸਾਨੂੰ ਤਨਖਾਹ ਨਹੀਂ ਮਿਲਦੀ, ਸਾਨੂੰ ਕਿੱਟਸ ਨਹੀਂ ਮਿਲਦੀਆਂ, ਸਾਨੂੰ ਪ੍ਰੋਪਰ ਡਰੈਸ ਨਹੀਂ ਮਿਲਦੀ। ਅਤੇ ਮੰਤਰੀ ਸਾਹਿਬ ਨੇ ਬੜੇ ਧਮਕੀ ਭਰੇ ਲਹਿਜੇ ਦੇ ਵਿੱਚ ਕਿਹਾ ਕਿ ਇਹਨਾਂ ਗੱਲਾਂ ਨੂੰ ਲੈ ਕੇ ਮੀਡੀਆ 'ਚ ਨਾ ਜਾਇਆ ਕਰੋ, ਨਹੀਂ ਤਾਂ ਤੁਹਾਨੂੰ ਪਤਾ ਬਾਅਦ 'ਚ ਸਰਕਾਰਾਂ ਕੀ ਕਰਦੀਆਂ। ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜੇ ਸਰਕਾਰਾਂ ਇਸ ਤਰ੍ਹਾਂ ਦਾ ਸਲੂਕ ਕਰਦੀਆਂ ਤਾਂ ਤੁਸੀਂ ਵੀ ਇਹ ਯਾਦ ਰੱਖੋ ਕਿ ਬਾਅਦ 'ਚੋਂ ਲੋਕ ਕੀ ਕਰਦੇ ਆ, ਪਿਛਲੀ ਸਰਕਾਰ ਨਾਲ ਲੋਕਾਂ ਨੇ ਕੀ ਸਲੂਕ ਕੀਤਾ ਸੀ। ਤੁਸੀਂ ਸਮਾਨ ਦਿਓ ਨਾ, ਬਾਹਰੋਂ ਲੈਣ ਨਾ, ਅਤੇ ਫਿਰ ਤਾਂ ਇਹੋ ਹਾਲਾਤ ਹੋ ਗਈ ਵੀ ਉਹ ਮਰ ਜਾਣ, ਨਾ ਤੜਪਣੇ ਕੀ ਇਜਾਜ਼ਤ ਹੈ, ਨਾ ਫਰਿਆਦ ਕੀ, ਗੁੱਟ ਗੁੱਟ ਕੇ ਮਰ ਜਾਓ, ਇਹੀ ਮਰਜ਼ੀ ਹੈ ਮੇਰੇ ਸਯਾਦ ਕੀ। ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕੋਈ ਸੁਝਾਅ ਦੇਣਾ ਚਾਹੁੰਦਾ ਕਿ ਪੂਰੇ ਇੰਡੀਆ ਦੇ ਵਿੱਚ ਕਰੋਨਾ ਨਾਲ ਜਿਹੜਾ ਡੈਥ ਰੇਟ ਚੱਲ ਰਿਹਾ ਉਹ 2.5 ਤੋਂ 3% ਹੈ, ਪਰ ਪੰਜਾਬ ਦੇ ਵਿੱਚ 10% ਚੱਲ ਰਿਹਾ। 80-ਆਂ 'ਚੋਂ 8 ਜਿਹੜੇ ਪੇਸ਼ੈਂਟ ਮਰ ਗਏ, ਜਾਂ ਤਾਂ ਉੱਥੇ ਸਹੂਲਤਾਂ ਦੀ ਘਾਟ ਹੈ, ਜਾਂ ਜਿਹੜੀਆਂ ਕਿੱਟਸ ਨੇ ਉਹਨਾਂ ਦੀ ਕੋਈ ਕਮੀ ਹੈ। ਕਿੱਟਸ ਨਹੀਂ ਸਾਡੇ ਕੋਲ ਜਿਹੜੀਆਂ ਪੂਰੀਆਂ ਮੁਹੱਈਆ ਹੋ ਰਹੀਆਂ, ਸਿਰਫ ਬੰਦੇ ਨੂੰ ਆਈਸੋਲੇਟ ਅਤੇ ਕੁਆਰੰਟਾਈਨ ਕੀਤਾ ਜਾਂਦਾ, ਪ੍ਰੋਪਰ ਕਿੱਟ ਦੇ ਨਾਲ ਜਿਹੜਾ ਟੈਸਟ ਹੋਵੇ, ਨਾ ਕਿ ਸਿਰਫ ਲੱਛਣ ਵੇਖ ਲਏ ਜਾਣ, ਖੰਘ, ਬੁਖਾਰ, ਸਿਰ ਦਰਦ, ਸਾਹ, ਹੋ ਕੀ ਰਿਹਾ ਕਿ ਬੰਦੇ ਨੂੰ ਕੁਆਰੰਟਾਈਨ ਜਾਂ ਆਈਸੋਲੇਟ ਕਰ ਦਿੱਤਾ, ਜੇ ਉਹ ਬਚ ਗਿਆ ਤਾਂ ਨੈਗੇਟਿਵ ਹੈ, ਜੇ ਉਹ ਮਰ ਗਿਆ ਤਾਂ ਪੋਜ਼ਿਟਿਵ ਹੈ। ਇਹ ਥਿਊਰੀ 'ਤੇ ਕੰਮ ਨਾ ਕੀਤਾ ਜਾਵੇ ਕਿ ਜੇ ਉਹ ਮਰ ਗਿਆ ਤਾਂ ਸ਼ਾਇਦ ਉਹਦੇ ਨਾਲ ਕਰੋਨਾ ਵੀ ਖਤਮ ਹੋ ਜਾਣਾ। ਮੈਨੂੰ ਇਹ ਵੀ ਪਤਾ ਲੱਗਾ ਕਿ ਆਰਮੀ ਦੇ ਕਈ ਡਾਕਟਰ ਇੱਥੇ ਆ ਕੇ ਕੰਮ ਕਰਨ ਨੂੰ ਤਿਆਰ ਨੇ, ਪਰ ਸਹੂਲਤਾਂ ਦੀ ਘਾਟ ਕਰਕੇ ਆਉਣਾ ਨਹੀਂ ਚਾਹੁੰਦੇ, ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਾਂ, ਨਾ ਕਿ ਮਰਨ ਲਈ ਇੱਥੇ ਆਉਣਾ ਚਾਹੁੰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਜੀ, ਤੁਹਾਡੇ ਆਰਮੀ ਦੇ ਲੋਕਾਂ ਨਾਲ ਬੜੇ ਚੰਗੇ ਸੰਬੰਧ ਨੇ, ਉਹਨਾਂ ਨੂੰ ਭਰੋਸਾ ਦੇ ਕੇ ਇੱਥੇ ਫੀਲਡ 'ਚ ਲਿਆਓ, ਹੋਰ ਵਧੀਆ ਜਿਹੜੇ ਪ੍ਰਬੰਧ ਹੋ ਸਕਣ। ਦੂਜੀ ਸਲਾਹ ਮੈਂ ਤੁਹਾਨੂੰ ਇਹ ਦੇਣ ਲੱਗਾ ਕਿ ਸਟਾਫ ਨੂੰ ਰਹਿਣ ਦੀ ਬੜੀ ਕਮੀ ਹੈ, ਉਹ ਆਪਣੇ ਘਰ 'ਚ ਨਹੀਂ ਜਾਣਾ ਚਾਹੁੰਦੇ। ਅੰਮ੍ਰਿਤਸਰ ਦੇ ਸਾਰੇ ਹੋਟਲ ਬੰਦ ਨੇ, ਕਿਤੇ ਨਾ ਕਿਤੇ ਹੋਟਲ ਵਾਲਿਆਂ ਦਾ ਕਿਤੇ ਕੋਈ ਕੰਮਕਾਰ ਨਹੀਂ ਹੈਗਾ। 2-4 ਹੋਟਲਾਂ ਵਾਲਿਆਂ ਨਾਲ ਗੱਲ ਕੀਤੀ ਜਾ ਸਕਦੀ ਹੈ, ਉਹ ਹੋਟਲ ਕਿਰਾਏ 'ਤੇ ਲਏ ਜਾ ਸਕਦੇ ਨੇ, ਜਾਂ ਉਹਨਾਂ ਕੋਲੋਂ ਵੈਸੇ ਸਰਕਾਰ ਦੇ ਅਸਰ ਸੂਖ ਨਾਲ ਸੇਵਾਵਾਂ ਲਈਆਂ ਜਾ ਸਕਦੀਆਂ ਨੇ। ਇਹੋ ਜਿਹੇ ਛੋਟੇ ਛੋਟੇ ਜਿਹੜੇ ਕੰਮ ਨੇ ਉਹ ਤੁਹਾਡੀ ਜ਼ੁਬਾਨ ਹਿੱਲਣ ਨਾਲ ਹੋ ਜਾਣੇ ਨੇ। ਔਰ ਜਿਹੜਾ ਆਈਸੋਲੇਸ਼ਨ ਸੈਂਟਰ ਹੈ ਉੱਥੇ ਕਹਿੰਦੇ ਡਰ ਦਾ ਮਾਹੌਲ ਬਣਿਆ ਰਹਿੰਦਾ, ਕਿਸੇ ਖੁੱਲ੍ਹੀ ਥਾਂ ਦੇ ਉੱਤੇ ਬਣਾ ਦਿੱਤਾ ਜਾਣਾ ਚਾਹੀਦਾ, ਜਾਂ ਰੇਲਵੇ ਦੀਆਂ ਬੋਗੀਜ਼ ਲੈ ਕੇ ਉਹਨਾਂ 'ਚ ਰੱਖ ਦਿੱਤਾ ਜਾਣਾ ਚਾਹੀਦਾ, ਸੈਨੇਟਾਈਜ਼ ਕਰਕੇ ਕਮ ਸੇ ਕਮ ਪੇਸ਼ੈਂਟ ਨੂੰ ਵਧੀਆ ਮਾਹੌਲ 'ਤੇ ਮਿਲੇ, ਉਹਨੂੰ ਡਰ ਨਾ ਲੱਗੇ। ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰੋ, ਪਰ ਆਪਣੇ ਲੀਡਰਸ, MLA, ਮੰਤਰੀਆਂ ਦੀ ਡਿਊਟੀ ਲਾਓ ਕਿ ਬਾਹਰ ਰਹਿ ਕੇ ਲੋਕਾਂ ਦੀਆਂ ਲੋੜਾਂ ਦਾ ਜਾਇਜ਼ਾ ਲੈਣ, ਕਮੀਆਂ ਦੂਰ ਕਰਨ, ਇਹਦੇ ਉੱਤੇ ਕੰਮ ਕਰਨ, ਨਹੀਂ ਤਾਂ ਸਿਰਫ ਇਕੱਲਾ ਫੇਸਬੁੱਕ ਦੇ ਉੱਤੇ ਹੀ ਨਾ ਬੋਲੀ ਜਾਣ ਘਰਾਂ ਦੇ ਵਿੱਚ ਬਹਿ ਬਹਿ ਕੇ। ਜਿਹੜੇ ਕਹਿੰਦੇ ਆ ਕਿ ਸਰਕਾਰੀ ਇਲਾਜ ਵਧੀਆ ਹੋ ਰਿਹਾ, ਮੈਂ ਸੁਣ ਰਿਹਾ ਸੀਗਾ ਕਿ ਸਾਡੇ ਕਈ ਲੀਡਰ ਕਹਿੰਦੇ ਆ ਸਰਕਾਰੀ ਹਸਪਤਾਲ 'ਚ ਚੱਲ ਜਾਓ, ਬਹੁਤ ਵਧੀਆ ਇਲਾਜ ਹੋ ਰਿਹਾ। ਮੇਰਾ ਚੈਲੰਜ ਹੈ ਉਹਨਾਂ ਨੂੰ ਕਿ ਜਿਸ ਦਿਨ ਕਿਸੇ ਪੋਲੀਟੀਸ਼ੀਅਨ ਨੂੰ ਜਾਂ ਵੱਡੇ ਅਫਸਰ ਨੂੰ ਕਰੋਨਾ ਹੋ ਗਿਆ, ਫਿਰ ਦੇਖਾਂਗੇ ਉਹ ਸਰਕਾਰੀ ਹਸਪਤਾਲ 'ਚ ਜਾਂਦਾ ਕਿ ਪ੍ਰਾਈਵੇਟ ਹਸਪਤਾਲ 'ਚ ਜਾਂਦਾ। ਉਹਨਾਂ ਨੂੰ ਮੈਂ ਇਹ ਕਹਿਣ ਲੱਗਾ ਕਿ ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ। ਇਹਦੇ ਨਾਲ ਨਾਲ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਹੈ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ, ਰਿਸ਼ਤੇ ਤਾਰ ਤਾਰ ਹੋ ਰਹੇ ਆ, ਰੱਬ ਤੋਂ ਵਿਸ਼ਵਾਸ ਖਤਮ ਹੋ ਰਿਹਾ, ਬੱਚੇ ਮਾਂ ਬਾਪ ਦਾ ਸੰਸਕਾਰ ਕਰਨ ਲਈ ਤਿਆਰ ਨਹੀਂ, ਮਾਂ ਬਾਪ ਬੱਚਿਆਂ ਦੀ ਆ ਲਾਸ਼ ਨੂੰ ਹੱਥ ਲਾਉਣ ਲਈ ਤਿਆਰ ਨਹੀਂ, ਜੇ ਪਰਿਵਾਰਾਂ ਵਾਲੇ ਹੱਥ ਲਾਉਣ ਨੂੰ ਤਿਆਰ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਡਾਕਟਰ ਵੀ ਘਰਾਂ 'ਚ ਬਹਿ ਜਾਣਗੇ ਅਤੇ ਪੁਲਿਸ ਵੀ ਘਰਾਂ 'ਚ ਬਹਿ ਕੇ ਲੋਕਾਂ ਨੂੰ ਉਹਨਾਂ ਦੇ ਹਾਲਾਤ ਦੇ ਉੱਤੇ ਛੱਡ ਦੂਗੀ। ਭਾਰਤ ਸਰਕਾਰ ਨੂੰ ਹਰ ਤੀਜੇ ਦਿਨ ਇੱਕ ਬੁਲੇਟਿਨ ਜਾਰੀ ਕਰਨਾ ਚਾਹੀਦਾ ਕਿ ਹੁਣ ਤੱਕ ਕਿੰਨਾ ਨੁਕਸਾਨ ਹੋਇਆ, ਕਿੰਨਾ ਰਿਕਵਰ ਹੋ ਗਿਆ, ਕੀ ਇੰਤਜ਼ਾਮ ਹੋਏ ਅਤੇ ਕੀ ਰਿਸਰਚ ਇਹਦੇ ਉੱਤੇ ਚੱਲ ਰਹੀ ਹੈ। ਕਰੋਨਾ ਦੇ ਉੱਤੇ IMA ਦੀ ਮਦਦ ਨਾਲ ਪ੍ਰਾਈਵੇਟ ਡਾਕਟਰਾਂ ਦੀ ਇੱਕ ਐਡਵਾਈਜ਼ਰੀ ਬਣਨੀ ਚਾਹੀਦੀ ਹੈ। ਬਹੁਤ ਬਹੁਤ ਕਾਬਿਲ ਡਾਕਟਰ ਭਾਰਤ ਦੇ ਵਿੱਚ ਜਿਹੜੇ ਪ੍ਰਾਈਵੇਟ ਤੌਰ 'ਤੇ ਕੰਮ ਕਰਦੇ, ਉਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ। ਮੈਂ ਸਮਝਦਾ ਕਿ ਭਾਰਤ 'ਚ ਕਰੋਨਾ ਦੇ ਨਾਲ ਨਾਲ ਹੌਸਲੇ, ਕਰੋਨਾ ਤੋਂ ਬਚਾਉਣ ਦੇ ਨਾਲ ਨਾਲ ਹੌਸਲੇ ਦੀ ਜ਼ਿਆਦਾ ਲੋੜ ਹੈ। ਸਾਰੀ ਦੁਨੀਆ ਬੇਬਸ ਹੈ, ਪਰ ਭਾਰਤ ਨੂੰ ਛੱਡ ਕੇ ਸਭ ਦੇ ਲੀਡਰ ਜਿਹੜੇ ਸਾਰੇ ਦੇਸ਼ਾਂ ਦੇ ਉਹ ਲੋਕਾਂ ਨਾਲ ਖੜ੍ਹੇ ਆ। ਸਾਡੇ ਲੀਡਰ ਸਿਰਫ ਘਰਾਂ 'ਚ ਬਹਿ ਕੇ ਸੰਦੇਸ਼ ਦੇਣ ਡਏ ਆ, ਸਾਰੇ ਮੁਲਕਾਂ ਦਾ ਬੁਰਾ ਹਾਲ ਹੈ, ਪਰ ਲੀਡਰਾਂ ਨੂੰ ਆਪਣੀ ਹਾਜ਼ਰੀ ਜ਼ਰੂਰੀ ਹੈ ਕਿ ਸਾਰੇ ਮੁਲਕੋਂ ਕੋ ਨਾਜ ਥਾ ਆਪਣੇ ਆਪਣੇ ਪਰਮਾਣੂ ਪਰ, ਕਾਇਨਾਤ ਬੇਬਸ ਹੋ ਗਈ ਇੱਕ ਛੋਟੇ ਸੇ ਕੀਟਾਣੂ ਪਰ। ਮੋਦੀ ਜੀ ਬਤੌਰ ਪ੍ਰਧਾਨ ਮੰਤਰੀ
ਕੱਲਾ ਕੱਲਾ ਭਾਰਤ ਵਾਸੀ ਤੁਹਾਡੇ ਨਾਲ ਹੈ। ਤੁਸੀਂ ਤਾੜੀ ਕਿਹਾ ਸੀ ਤਾੜੀ ਵਜਾਈ, ਤੁਸੀਂ ਦੀਵੇ ਕਿਹਾ ਸੀ ਦੀਵੇ ਜਗਾਏ। ਭਾਵੇਂ ਪੰਜਾਬ 'ਚ ਦੀਵੇ ਜਗਾਉਣ ਤੋਂ ਦੋ ਦਿਨ ਪਹਿਲਾਂ ਪਦਮ ਸ਼੍ਰੀ ਸਾਰ ਨਿਰਮਲ ਸਿੰਘ ਹੋਣਾ ਦੀ ਜਿਹੜੀ ਮੌਤ ਹੋ ਚੁੱਕੀ ਸੀ, ਔਰ ਦੀਵੇ ਜਗਾਉਣ ਵਾਲੇ ਦਿਨ ਦੋ ਮੌਤਾਂ ਉਸ ਦਿਨ ਹੋਈਆਂ ਸੀ, ਪਰ ਤੁਹਾਡੇ ਕਹਿਣ 'ਤੇ ਫਿਰ ਵੀ ਦੀਵੇ ਜਗਾਏ ਗਏ। ਪਰ ਥਾਲੀ ਤਾੜੀ ਦੀਵੇ ਟਾਰਚਾਂ ਮੋਮਬੱਤੀਆਂ ਨਾਲ ਕਰੋਨਾ ਨਹੀਂ ਜਾਣਾ, ਡਾਕਟਰਾਂ ਦੀ ਹੌਸਲਾ ਅਫਜਾਈ ਦੇ ਨਾਲ ਨਾਲ, ਪਰ ਮੌਤਾਂ ਦੇ ਉੱਤੇ ਸੋਗ ਜਿਹੜਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਦ ਰੁੱਤਾਂ ਹੋਣ ਉਦਾਸ, ਪੱਤ ਝੜਦੇ ਹੋਣ ਲਿਬਾਸ, ਅਤੇ ਜਸ਼ਨ ਨਹੀਂ ਭਾਲੀ ਦੇ ਸਿਵਿਆਂ ਦੇ ਬਲਦਿਆਂ, ਦੀਵੇ ਨਹੀਂ ਬਾਲੀ ਦੇ। ਮੈਂ ਤੁਹਾਡੇ ਜੋਤਿਸ਼ ਦੇ ਮੰਨਣ ਦੀ ਵੀ ਕਦਰ ਕਰਦਾ ਕਿ ਤੁਸੀਂ ਜੋਤਿਸ਼ੀਆਂ ਨੂੰ ਮੰਨ ਕੇ ਸਾਰਾ ਕੁਝ ਕੀਤਾ, ਦੀਵੇ ਜਗਾਏ ਕਿ ਰਾਹੂ ਅਤੇ ਸ਼ਨੀ ਦਾ ਜਿਹੜਾ ਪ੍ਰਕੋਪ ਠੀਕ ਹੋ ਜਾਊਗਾ, ਪਰ ਜੋਤਿਸ਼ੀ ਵੀ ਕਈ ਵਾਰੀ ਉਪਾਅ ਦਾ ਸਮਾਨ ਦੱਸਦੇ ਆ ਕਿ ਮਾਂ, ਖੰਡ, ਨਾਰੀਅਲ, ਕਿ ਜਿਵੇਂ ਤੁਸੀਂ ਜੋਤਿਸ਼ੀਆਂ ਦੇ ਕਹਿਣ 'ਤੇ ਦੀਵੇ ਵੀ ਜਗਾਏ, ਉਹਦੇ ਲਈ ਸਮਾਨ ਚਾਹੀਦਾ ਸੀ, ਦੀਵੇ ਚਾਹੀਦੇ ਸੀ, ਉਸ ਤੋਂ ਬਿਨਾਂ ਜੋਤਿਸ਼ ਵੀ ਕੰਮ ਨਹੀਂ ਕਰਦਾ। ਫਿਰ ਜਿਵੇਂ ਜੋਤਿਸ਼ੀਆਂ ਨੂੰ ਸਮਾਨ ਚਾਹੀਦਾ, ਉਸੇ ਤਰੀਕੇ ਡਾਕਟਰਾਂ ਨੂੰ ਵੀ ਸਮਾਨ ਚਾਹੀਦਾ। ਸਮਾਨ ਤੋਂ ਬਿਨਾਂ ਉਹ ਕੰਮ ਨਹੀਂ ਕਰ ਸਕਦੇ। ਜਿੰਨੇ ਦੇ ਤੁਸੀਂ ਦੀਵੇ ਬਾਲਣ ਲਈ ਕਹਿ ਦਿੱਤਾ, ਜਿੰਨੇ ਦੇ ਪਟਾਕੇ ਚੱਲ ਗਏ, ਉਹਨਾਂ ਪੈਸਿਆਂ ਦਾ ਲੋਕਾਂ ਦੇ ਸ਼ਹਿਰ ਦੇ ਜਿਹੜੇ ਹਸਪਤਾਲ ਸੀ ਉਹਦੇ 'ਚ ਯੋਗਦਾਨ ਨੂੰ ਪਾਉਣ ਨੂੰ ਕਹਿ ਦਿੰਦੇ, ਅਤੇ ਸ਼ਾਇਦ ਅੱਜ ਹਸਪਤਾਲਾਂ ਦੇ ਹਾਲਾਤ ਹੀ ਕੁਝ ਹੋਰ ਹੁੰਦੇ। ਇਹਦੇ ਨਾਲ ਨਾਲ ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪਣੀ ਸੋਚ ਨਾਲ ਫਰੰਟ 'ਤੇ ਲੜੋ, ਪੀਐਮ ਨਾਲੋਂ ਵੱਧ ਤਜਰਬੇਕਾਰ ਹੋ, ਤੁਸੀਂ ਵੱਧ ਉਮਰ ਦਰਾਜ ਹੋ ਉਹਨਾਂ ਨਾਲੋਂ। ਕਈ ਫਰਮਾਨ ਕੇਂਦਰ ਦੇ ਨਹੀਂ ਮੰਨਣ ਵਾਲੇ ਹੁੰਦੇ, ਉਹਨਾਂ ਨੂੰ ਨਾ ਮੰਨੋ, ਇਹ ਮੰਨ ਕੇ ਚੱਲੋ ਕਿ ਭਾਈ ਸਾਹਿਬ ਦੀ ਮੌਤ ਤੋਂ ਬਾਅਦ ਤਾੜੀਆਂ ਦੀਵੇ ਸਾਰਾ ਭਾਰਤ ਜਗਾਉਂਦਾ, ਪਰ ਪੰਜਾਬ ਨੂੰ ਨਹੀਂ ਜਗਾਉਣੇ ਚਾਹੀਦੇ ਸੀ। ਤੁਸੀਂ ਹਰ ਗੱਲ ਦਲੇਰੀ ਨਾਲ ਕਹਿੰਦੇ ਆਏ ਹੋ, ਚਾਹੇ ਤੁਹਾਡੀ ਹਾਈਕਮਾਨ ਹੋਵੇ, ਚਾਹੇ ਭਾਰਤ ਸਰਕਾਰ ਹੋਵੇ, ਪਰ ਇੱਥੇ ਕਿਉਂ ਮਜਬੂਰ ਹੋ ਗਏ ਹੋ? ਇਹ ਹਾਲਾਤਾਂ ਨੂੰ ਨਾ ਬਣਨ ਦਿਓ, ਆਪਾਂ ਮਜ਼ਾਕ ਦੇ ਪਾਤਰ ਨਾ ਬਣੀਏ। ਮੈਂ ਤੁਹਾਨੂੰ ਅਪੀਲ ਕਰਨ ਲੱਗਾ ਕਿ ਅੱਗੇ ਆਓ, ਹਾਲਾਤ ਦੇਖੋ ਪੰਜਾਬ ਦੇ, ਕਿਤੇ ਇਹ ਨਾ ਹੋਵੇ ਕਿ ਸਭ ਤੋਂ ਵੱਧ ਮੌਤਾਂ ਪੰਜਾਬ 'ਚ ਹੋ ਜਾਣ ਅਤੇ ਅਸੀਂ ਬਦਨਾਮ ਹੋ ਜਾਈਏ। ਕਿਤੇ ਇਹ ਸੱਚ ਨਾ ਹੋਵੇ, ਪੁਰਾਣਾ ਇਤਿਹਾਸ ਲਿਖਿਆ ਫਿਰ ਇੱਕ ਵਾਰੀ ਦੁਹਰਾਇਆ ਨਾ ਜਾਵੇ ਕਿ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ